ਸਵਾਗਤ ਕਰਦੇ ਹਾਂ ਜੀ ਇੱਕ ਵਾਰ ਫਿਰ ਆਪ ਸਭ ਦਾ ਅੱਜ ਦੇ ਰਿਲੀਜੀਅਸ ਸੈਗਮੈਂਟ ਵਿੱਚ। ਇੱਕ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਸਿੱਖ ਇਤਿਹਾਸ ਦੇ ਪੰਨਿਆਂ ਨੂੰ ਫਰੋਲ ਕੇ ਉਹਨਾਂ ਸਿੱਖ ਸੂਰਬੀਰਾਂ ਯੋਧਿਆਂ ਨੂੰ ਯਾਦ ਕੀਤਾ ਜਾਏ ਜਿਨ੍ਹਾਂ ਦੀਆਂ ਕੁਰਬਾਨੀਆਂ ਜਿਹੜੀਆਂ ਨੇ ਉਹ ਇੱਕ ਮਿਸਾਲ ਹਨ ਸਾਡੇ ਵਾਸਤੇ, ਅਤੇ ਖਾਸ ਤੌਰ ਦੇ ਉੱਤੇ ਕੀ ਸਿੱਖ ਸਕਦੇ ਹਾਂ ਅਸੀਂ ਉਹਨਾਂ ਦੇ ਜੀਵਨ ਵਿੱਚੋਂ। ਇਸ ਨੂੰ ਫੋਕਸ ਕਰਕੇ ਅਸੀਂ ਗੱਲਬਾਤ ਕਰਦੇ ਹਾਂ ਸਰਦਾਰ ਕੇਵਲ ਸਿੰਘ ਨਿਰਦੋਸ਼ ਦੋਸਾਂਝ ਜੀ ਨਾਲ, ਜਿਹੜੇ ਕਿ ਸਾਡੇ ਨਾਲ ਇੱਥੇ ਆ ਕੇ ਮਹੱਤਵਪੂਰਨ ਵਿਸ਼ਿਆਂ 'ਤੇ ਗੱਲਬਾਤ ਕਰਦੇ ਹਾਂ। ਸਿੱਖ ਇਤਿਹਾਸ ਵਿੱਚ ਦੋ ਘੱਲੂਘਾਰਿਆਂ ਦਾ ਜ਼ਿਕਰ ਹੁੰਦਾ ਹੈ, ਛੋਟਾ ਘੱਲੂਘਾਰਾ ਅਤੇ ਵੱਡਾ ਘੱਲੂਘਾਰਾ। ਇਸੀ ਸੰਬੰਧ ਵਿੱਚ 1746 ਵਿੱਚ ਛੋਟਾ ਘੱਲੂਘਾਰਾ ਜੋ ਵਾਪਰਿਆ ਸੀ, ਇਸ ਵਿੱਚੋਂ ਕੀ ਸਾਨੂੰ ਸਿੱਖਣ ਦੀ ਲੋੜ ਹੈ, ਕੀ ਕੁਝ ਹੋਇਆ ਸੀ, ਕਿਉਂ ਹੋਇਆ ਸੀ, ਔਰ ਇਸ ਬਾਰੇ ਜਾਣਕਾਰੀ ਲੈਂਦੇ ਹਾਂ ਸਰਦਾਰ ਕੇਵਲ ਸਿੰਘ ਨਿਰਦੋਸ਼ ਦੋਸਾਂਝ ਜੀ ਤੋਂ। ਜੀ ਹਾਂਜੀ ਭਾਈ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ, ਦੋ ਘੱਲੂਘਾਰੇ ਹੋਏ ਜੀ ਜਿਹੜੇ ਕਿ ਇੱਕ ਸਿੱਖ ਇਤਿਹਾਸ ਵਿੱਚ ਜਦੋਂ ਵੀ ਜ਼ਿਕਰ ਹੁੰਦਾ ਹੈ ਸ਼ਹੀਦੀਆਂ ਦਾ, ਤਾਂ ਉਹਦੇ ਵਿੱਚ ਇਹਨਾਂ ਦਾ ਪ੍ਰਮੁੱਖ ਜ਼ਿਕਰ ਹੁੰਦਾ ਹੈ। ਛੋਟਾ ਘੱਲੂਘਾਰਾ ਜਿਹੜਾ ਹੋਇਆ ਸੀ, ਇਸਦਾ ਕੀ ਕਾਰਨ ਕੀ ਹੋਇਆ ਸੀ, ਕਿਉਂ ਹੋਇਆ ਸੀ, ਕਿਸ ਸਨ ਵਿੱਚ ਹੋਇਆ, ਅਤੇ ਖਾਸ ਤੌਰ ਉੱਤੇ ਇਹਦੇ ਵਿੱਚ ਕੀ ਕੁਝ ਨਿਵੇਕਲਾ ਸੀ ਜਿਸ ਤੋਂ ਕਿ ਅਸੀਂ ਕੁਝ ਸਿੱਖ ਸਕਦੇ ਹਾਂ, ਇਸ ਬਾਰੇ ਸਾਡੇ ਦੇ ਨਾਲ ਗੱਲਬਾਤ ਕਰੋ ਜੀ ਅੱਜ। ਹਾਂਜੀ ਹਰਪ੍ਰੀਤ ਸਿੰਘ ਜੀ, ਦਰਅਸਲ ਘੱਲੂਘਾਰਾ ਤਾਂ ਮਤਲਬ ਇਹ ਹੈ ਵੀ ਜਦੋਂ ਆਮੋ ਸਾਹਮਣੇ ਲੜਾਈ ਹੁੰਦੀ ਆ ਅਤੇ ਸਮਾਂ ਆਉਂਦਾ ਹੈਗਾ ਜੀ, ਤਾਂ ਦੋ ਘੱਲੂਘਾਰੇ ਸਾਡੇ ਇਤਿਹਾਸ ਵਿੱਚ ਬਹੁਤ ਪ੍ਰਸਿੱਧ ਆ, ਅਤੇ ਹੁਣ ਇੱਕ 84 ਦਾ ਵੀ ਰਲ ਚੁੱਕਾ, ਉਹਨੂੰ ਵੀ ਅਸੀਂ ਘੱਲੂਘਾਰੇ ਦੇ ਰੂਪ 'ਚ ਲੈਂਦੇ ਹਾਂ। ਜੂਨ ਦਾ ਜਿਹੜਾ ਘੱਲੂਘਾਰਾ, ਜਾਣੀ ਇਸ ਵੇਲੇ ਸਾਡੇ ਸਿੱਖ ਇਤਿਹਾਸ ਵਿੱਚ ਜੇ ਘੱਲੂਘਾਰਾ ਜ਼ਿਕਰ ਆਵੇ ਤਾਂ ਇੱਕ ਦਾ ਹੋਰ ਵਾਧਾ ਹੋ ਗਿਆ ਹੈਗਾ, ਜਿਹਨੂੰ ਅਸੀਂ ਤੀਸਰਾ ਘੱਲੂਘਾਰਾ ਕਹਿੰਦੇ ਹਾਂ। ਜਿਹੜਾ ਸਭ ਤੋਂ ਪਹਿਲਾਂ ਘੱਲੂਘਾਰਾ ਹੋਇਆ, ਜਦੋਂ ਅਸੀਂ ਇਤਿਹਾਸ ਦੇ ਪੰਨਿਆਂ ਨੂੰ ਵਾਚਦੇ ਹਾਂ ਜੀ, ਤਾਂ ਇੱਕ ਸਮਾਂ ਆਉਂਦਾ ਬਾਬਾ ਬੰਦਾ ਸਿੰਘ ਬਹਾਦਰ ਤੋਂ ਲੈ ਕੇ 1746 ਈਸਵੀ ਤੱਕ, ਇਹ ਤਕਰੀਬਨ 30 ਵਰੇ ਬਣਦੇ ਆ, 1716 ਤੋਂ ਲੈ ਕੇ 1746 ਤੱਕ ਜੀ, ਜਦੋਂ ਬੜੀ ਹੋਈ ਆ, ਪਰ ਕੋਈ ਇੱਕ ਕੌਮੀ ਲੀਡਰ ਉੱਭਰ ਕੇ ਸਾਹਮਣੇ ਨਹੀਂ ਆਇਆ। ਜਿਵੇਂ ਬਾਅਦ ਵਿੱਚ ਮਹਾਰਾਜਾ ਰਣਜੀਤ ਸਿੰਘ ਆਏ, ਪਹਿਲਾਂ ਬਾਬਾ ਬੰਦਾ ਸਿੰਘ ਆਏ ਜੀ, ਬਹਾਦਰ ਯੋਧੇ ਬਹੁਤ ਸਾਰੇ, ਆਪਾਂ ਆਪਣੇ ਜਗ੍ਹਾ ਦੇ ਉੱਤੇ ਕੰਟਰੀਬਿਊਸ਼ਨ ਜਿਹੜੀ ਸੀ ਸਾਰੀ ਬੜੀ ਵਧੀਆ ਸਿੰਘ ਪਾ ਰਹੇ ਸਨ, ਲੇਕਿਨ ਨਾ ਤਾਂ ਇੱਕ ਕੇਂਦਰੀ ਤਾਕਤ ਸੀਗੀ ਉਦੋਂ, ਸਿੱਖ ਸਿੰਘ ਛੋਟੇ ਛੋਟੇ ਜਥਿਆਂ ਵਿੱਚ ਸਨ ਜੀ, ਅਤੇ ਖਾਲਸੇ ਨੂੰ ਅਸੀਂ ਸਿੰਘਾਂ ਨੂੰ ਜਾਂ ਸਿੱਖ ਕੌਮ ਦੇ ਵਿੱਚ ਜਿਹੜੇ ਜੋ ਨੁਮਾਇੰਦੇ ਨੇ ਉਹਨੂੰ ਤਿੰਨਾਂ ਭਾਗਾਂ ਵਿੱਚ ਵੰਡਦਾ ਹੈਗਾ। ਇੱਕ ਤਾਂ ਜਿਹੜੇ ਕਿਰਤ ਕਰਨ ਵਾਲੇ, ਨੌਕਰੀ ਚਾਕਰੀ ਕਰਨ ਵਾਲੇ ਸਧਾਰਨ ਕਿਸਾਨ ਜਿਹੜੇ ਪਿੰਡਾਂ ਵਿੱਚ ਰਹਿੰਦੇ ਸੀ, ਠੀਕ, ਦੂਜੇ ਜਿਹੜੇ ਸਰਕਾਰ ਦੀਆਂ ਨੌਕਰੀਆਂ ਕਰਦੇ ਸੀ, ਸਰਕਾਰ ਵਿੱਚ ਰਹਿੰਦੇ ਵੀ ਸੀ, ਔਰ ਕਈ ਵਾਰੀ ਉਹ ਆਪਸ ਵਿੱਚ ਸਰਕਾਰ ਦਾ ਤਾਂ ਸਿੰਘਾਂ ਦਾ ਮੇਲ ਕਰਾਉਣ ਵੀ, ਗੱਲਬਾਤ ਕਰਾਉਣ, ਚੁੱਕ ਵਿਚੋਲੇ ਦਾ ਵੀ ਪਾਠ ਅਦਾ ਕਰਦੇ ਸਨ, ਜਿਹਨਾਂ 'ਚ ਸਰਦਾਰ ਸਵੇਕ ਸਿੰਘ, ਸ਼ਬਾਜ਼ ਸਿੰਘ, ਦੀਵਾਨ ਕੌੜਾ ਮੱਲ, ਜਿਹਨੂੰ ਸਿੱਖ ਇਤਿਹਾਸ ਵਿੱਚ ਪਿਆਰ ਨਾਲ ਸਿੱਖ ਮਿੱਠਾ ਮੱਲ ਵੀ ਕਹਿੰਦੇ ਆ, ਅਤੇ ਕੁਝ ਅਜਿਹੇ ਵੀ ਪਾਤਰ ਹੈਗੇ ਆ ਜਿਹਨਾਂ ਨੇ ਜਿਹੜੇ ਵਿਚਕਾਰ ਸਨ ਉਹਨਾਂ ਨੂੰ ਮਿਲਵਰਤਨੀ ਸਿੰਘ ਕਿਹਾ ਜਾਂਦਾ ਸੀਗਾ, ਠੀਕ ਹੈ। ਅਤੇ ਤੀਸਰੇ ਉਹ ਜਿਹੜੇ ਖਾੜਕੂ ਸਿੰਘ, ਜਿਹੜੇ ਧਰਮ ਯੁੱਧ ਦੇ ਲਈ ਜੁੜੇ ਹੋਏ ਸਨ, ਅਤੇ ਜਿਹੜੇ ਸਮਝਦੇ ਸਨ ਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸਾਨੂੰ ਰਾਜ ਬਖਸ਼ਿਆ ਅਤੇ ਅਸੀਂ ਰਾਜ ਕਰਨਾ, ਅਤੇ ਆਪਣੇ ਆਜ਼ਾਦ ਹੋਂਦ ਨੂੰ ਜਿਤਾਉਣ ਦੇ ਲਈ ਉਹ ਆਪਣਾ ਪਾਠ ਅਦਾ ਕਰ ਰਹੇ ਸਨ, ਆਪਣਾ ਹਿੱਸਾ ਪਾ ਰਹੇ ਸਨ, ਅਤੇ ਉਹਨਾਂ ਨੂੰ ਉਹ ਹਾਲਾਤ ਇਹੋ ਜਿਹੇ ਸਨ ਕਿ ਉਸ ਵੇਲੇ ਤਾਂ ਸਿੱਖਾਂ ਦੀ ਗਿਣਤੀ ਥੋੜ੍ਹੀ ਸੀ, ਦੂਸਰੀ ਗੱਲ ਇਹ ਹੈ ਕਿ ਸਰਕਾਰ ਜਿਹੜੀ ਸੀ ਇਹਨਾਂ ਦੀ ਜਾਨੀ ਦੁਸ਼ਮਣ ਬਣ ਚੁੱਕੀ ਸੀ, ਪੱਤਾ ਪੱਤਾ ਵੈਰੀ ਹੋ ਚੁੱਕਾ ਸੀ। ਉਹ ਸੀ ਨਾਦਰ ਦੀ ਭਵਿੱਖਬਾਣੀ ਜਿਹੜੀ ਉਸਨੇ ਜ਼ਕਰੀਆ ਖਾਨ ਨੂੰ ਕਦੇ ਕੀਤੀ ਸੀ ਵੀ ਇਹਨਾਂ ਦਾੜੀ ਵਾਲਿਆਂ ਤੋਂ, ਕੇਸਾਂ ਵਾਲਿਆਂ ਤੋਂ ਬਚ ਕੇ ਰਹੀ, ਇਹਨਾਂ ਵਿੱਚੋਂ ਰਾਜ ਦੀ ਬੂ ਆਉਂਦੀ ਹੈ ਕਿਸੇ ਨਾ ਕਿਸੇ ਦਿਨ, ਜਿੱਦਾਂ ਤੂੰ ਦੱਸਦਾ ਕਿ ਵੀ ਘੋੜਿਆਂ ਦੀਆਂ ਕਾਠੀਆਂ 'ਤੇ ਰਾਤਾਂ ਗੁਜ਼ਾਰ ਲੈਂਦੇ ਨੇ, ਸਾਗ ਪੱਤਾ ਖਾ ਕੇ ਗੁਜ਼ਾਰਾ ਕਰ ਲੈਂਦੇ ਨੇ, ਤਾਂ ਜੇ ਇਹੋ ਸੱਚਮੁੱਚ ਇਹੋ ਜਿਹੇ ਨੇ ਤਾਂ ਇੱਕ ਦਿਨ ਵੇਖੀ ਤੂੰ ਜਰਾ ਬਚ ਕੇ ਰਹੀ, ਸੰਭਲ ਕੇ ਰਹੀ, ਇਹ ਪੰਜਾਬ ਦੇ ਮਾਲਕ ਬਣ ਗਏ ਜੀ। ਇਹ ਉਹ ਸਮਾਂ ਹੈ ਜਦੋਂ ਇਸ ਤਰ੍ਹਾਂ ਦੇ ਜਿਹੜੇ ਸਿੰਘ ਸਨ ਉਹ ਤਾਂ ਬਾਹਰ ਜੰਗਲਾਂ ਵਿੱਚ ਰਹਿੰਦੇ ਸਨ ਜੀ, ਅਤੇ ਜਦੋਂ ਕਿਤੇ ਮੌਕਾ ਮਿਲਣਾ, ਜ਼ੁਲਮ ਦੇਖੋ ਜੇ ਆਪਾਂ ਆਪਣਾ ਲੈ ਲਈਏ ਬਾਬਾ ਬੰਦਾ ਸਿੰਘ ਬਹਾਦਰ ਕਾਲ ਤੋਂ ਹੀ, ਤਾਂ ਪੰਜਾਬ ਦਾ ਸੂਬੇਦਾਰ ਸੀਗਾ ਉਸ ਵੇਲੇ ਅਬਦੁਲ ਸਮਦ ਖਾਂ, ਔਰ ਉਸ ਤੋਂ ਬਾਅਦ ਉਹਦਾ ਪੁੱਤਰ ਬਣਿਆ ਜ਼ਕਰੀਆ ਖਾਂ ਜੀ। ਜ਼ਕਰੀਆ ਖਾਨ ਤੋਂ ਬਾਅਦ ਜਦੋਂ 1 ਜੁਲਾਈ 1745 ਨੂੰ ਉਹਦੀ ਮੌਤ ਹੋ ਜਾਂਦੀ ਭਾਈ ਤਾਰੂ ਸਿੰਘ ਦੀ ਸ਼ਹਾਦਤ ਤੋਂ ਪਹਿਲਾਂ, ਫਿਰ ਉਹਦਾ ਪੁੱਤਰ ਜਈਆ, ਦੋ ਪੁੱਤਰ ਸੀ, ਨਵਾਜ਼ ਖਾਂ ਉਹ ਮੁਲਤਾਨ ਦਾ ਸੀ, ਅਤੇ ਇਹ ਜਈਆ ਖਾਂ ਜਿਹੜਾ ਸੀਗਾ ਇਹ ਸੀਗਾ ਲਾਹੌਰ ਦਾ ਸੂਬੇਦਾਰ। ਇਹ ਜਿਹੜਾ ਪਹਿਲਾ ਘੱਲੂਘਾਰਾ ਵਰਤਿਆ ਉਹਦੇ ਪਿੱਛੇ ਇੱਕ ਘਟਨਾ ਆ ਬੜੀ ਵੱਡੀ, ਉਹ ਘਟਨਾ ਇਹ ਸੀ ਕਿ ਸਿੱਖ ਤੇ ਜੰਗਲਾਂ ਵਿੱਚ ਰਹਿੰਦੇ ਸਨ,
खालसे का एक टोला एक जत्था जिद सरदार चढ़त सिंह शुकर चकिया सरदार गुरदयाल सिंह डल्लेवालिया सरदार सुखा सिंह माड़ी कंबोकी इत्यादिक जेडे नामवर सिख जिन्हों का इतिहास के जिक्र आता है इन्हों कुछ होर सिंह काफ़ी ये जंगलों के कटते कटते एक बारी एमनाबाद के कोल पहुँच गए। एमनाबाद गुरद्वारा है रोड़ी साहब जी गुरु नानक साहब की याद में जिस यहीया खान जिहड़ा ज़करिया खान तो बाद पंजाब का सूबेदार बनिया उसका दीवान सीगा दीवान लखपत राय तो लखपत राय का जिहड़ा भरा सी जसपत राय वो एमनाबाज का फौजदार सीगा ते वो पता नहीं हैरानी होंदी है भी सिख धर्म ने हिंदू धर्म बचाउण दे लई बड़ियां कुर्बानियां कीतियां पर कई बार की हो जाता बंदा अपने नौकरी पक्की करने लई जां अपनी पदवी पक्की करने लई मौजूदा समय के हाकम नूं खुश करन लई ਉਹ ਇਹੋ ਕੁਝ ਕਰਦਾ ਵੀ ਜੇ ਉਹਨੀਆਂ ਨਜ਼ਰਾਂ ਵਿੱਚ ਪ੍ਰਵਾਨ ਹੋ ਜਾਂਦਾ ਜ਼ਰੂਰ ਪਰ ਉਹ ਦੂਜਿਆਂ ਦੇ ਲਈ ਮੁਸੀਬਤ ਖੜੀ ਕਰ ਦਿੰਦਾ ਅਤੇ ਉਹੀ ਹਾਲ ਜਿਹੜੀ ਇਹ ਜਸਪਤ ਰਾਏ ਦੀ ਸੀ। ਜਸਪਤ ਰਾਏ ਫੌਜਦਾਰ ਸੀਗਾ ਅਤੇ ਸਿੰਘ ਜੰਗਲਾਂ ਵਿੱਚੋਂ ਨਿਕਲਦੇ ਨਿਕਲਦੇ ਵਿਸਾਖੀ ਸੀ ਦੂਸਰੇ ਦਿਨ 1746 ਦਾ ਜ਼ਿਕਰ ਹੈ ਅਤੇ ਸਿੰਘ ਉੱਥੇ ਆਏ ਤਾਂ ਉਹ ਗੁਰਦੁਆਰੇ ਵਿੱਚ ਚਲੋ ਨਾਲੇ ਮੱਥਾ ਟੇਕਦੇ ਨਾਲੇ ਲੰਗਰ ਪਾਣੀ ਛਕ ਲੈਂਦੇ ਕਈਆਂ ਦਿਨਾਂ ਦਾ ਇਹਨੂੰ ਪਤਾ ਲੱਗਿਆ ਸੁਨੇਹਾ ਭੇਜਿਆ ਕਿ ਫੌਜ ਨੇ ਇੱਥੋਂ ਚਲੇ ਜਾਓ ਮੇਰੇ ਰਾਜ ਵਿੱਚ ਤੁਸੀਂ ਰਹਿ ਨਹੀਂ ਸਕਦੇ ਇਸ ਇਲਾਕੇ 'ਚ। ਉਹ ਕਹਿਣ ਲੱਗੇ ਵੀ ਕੱਲ੍ਹ ਨੂੰ ਵਿਸਾਖੀ ਹੈ ਅਸੀਂ ਇਸ਼ਨਾਨ ਪਾਣੀ ਕਰਕੇ ਅਤੇ ਅੱਜ ਭੁੱਖੇ ਹਾਂ ਕਈਆਂ ਦਿਨਾਂ ਦੇ ਲੰਗਰ ਤਿਆਰ ਕਰ ਲੰਗਰ ਛੱਕ ਕੇ ਅਸੀਂ ਰਾਤ ਰਹਿ ਕੇ ਸਵੇਰੇ ਚਲ ਜਾਣਾ ਅਸੀਂ ਕੁਝ ਨਹੀਂ ਕਹਿੰਦੇ। ਉਹ ਕਹਿਣ ਲੱਗੇ ਸਵਾਲ ਹੀ ਨਹੀਂ ਪੈਦਾ ਹੁੰਦਾ ਔਰ ਹਾਲਾਤ ਇੱਥੋਂ ਤੱਕ ਜਾਣੀ ਵੱਧ ਗਏ ਕਿ ਉਹ ਫੌਜ ਚੜ੍ਹਾ ਕੇ ਲੈ ਆਇਆ ਜਿੰਨੇ ਕੁ ਫੌਜਦਾਰ ਛੋਟਾ ਜਿਹਾ ਜਸਪਤ ਰਾਏ ਜਸਪਤ ਰਾਏ ਲੈ ਕੇ ਫੌਜ ਆਇਆ ਅਤੇ ਫਿਰ ਗਾਹਾਂ ਹੁਣ ਸਿੰਘਾਂ ਦੇ ਵੀ ਚਾਰਾ ਕੋਈ ਨਾ ਰਿਹਾ ਲੜਨਾ ਪਿਆ ਤਾਂ ਵੀ ਮਰਦਾ ਕੀ ਨਾ ਕਰਦਾ ਸਿੰਘਾਂ ਨੇ ਕਿਹਾ ਵੀ ਚਲੋ ਹੁਣ ਜੇ ਵੀ ਇਹੀ ਆ ਗੱਲ ਤਾਂ ਲੜਾਈ ਗਹਿ ਗਾ ਸ਼ੁਰੂ ਹੋ ਗਈ ਤਾਂ ਇੱਕ ਰੰਗਰੇਟਾ ਸਿੰਘ ਸੀ ਨਿਬਾਹੂ ਸਿੰਘ ਉਹਦਾ ਨਾਂ ਦਾ ਇਤਿਹਾਸ ਵਿੱਚ ਅਤੇ ਉਹ ਨਾ ਹਾਥੀ ਦੀ ਪੂਛ ਫੜ ਕੇ ਜੀ ਉਹ ਹਾਥੀ ਉੱਤੇ ਚੜ੍ਹ ਗਿਆ ਜਿੱਥੇ ਜਸਪਤ ਰਾਏ ਬੈਠਾ ਸੀ ਬੜੀ ਫੁਰਤੀ ਨਾਲ ਉਹਦਾ ਸਿਰ ਵੱਢਿਆ ਸੱਟ ਕੇ ਅਤੇ ਉਹ ਆ ਗਿਆ ਅਤੇ ਜਦੋਂ ਹੁਣ ਇੱਕ ਫੌਜਦਾਰ ਦਾ ਸਿਰ ਵੱਢਿਆ ਜਾਵੇ ਤਾਂ ਕੁਦਰਤੀ ਉਹ ਫੌਜਾਂ ਦੇ ਪੈਰ 'ਤੇ ਥਿੜਕੇ ਜਾਂਦੇ ਆ ਫੌਜਾਂ ਭੱਜ ਤੁਰ ਗਿਆ ਤਾਂ ਇਹ ਸਿੰਘਾਂ ਨੇ ਜਕਾਰੇ ਛੱਡੇ ਅਤੇ ਫਿਰ ਵਧੇ ਹੌਸਲੇ ਇਹਨਾਂ ਨੇ ਫਿਰ ਏਮਨਾਬਾਦ ਉੱਤੇ ਵੀ ਹੱਥ ਸਾਫ਼ ਕੀਤਾ ਸਿੰਘਾਂ ਨੇ ਵੀ ਹੁਣ ਜੋ ਕੁਛ ਹੋਣਾ ਹੀ ਉਹ ਤਾਂ ਹੋ ਹੀ ਚੁੱਕਾ ਹੈਗਾ ਕੁਝ ਹੋਰ ਦਿਨਾਂ ਦੀਆਂ ਰੋਟੀਆਂ ਦਾ ਵੀ ਬੰਦੋਬਸਤ ਕਰ ਲਈਏ ਤਾਂ ਸਿਰ ਤੋਂ ਬਗੈਰ ਇਹਦੀ ਲਾਸ਼ ਸੀਗੀ ਤਾਂ ਇਹਦਾ ਜਿਹੜਾ ਗੁਰੂ ਸੀਗਾ ਆਪਣੇ ਦਾ ਜਸਪਤ ਰਾਏ ਦਾ ਸਵਾਮੀ ਜਗਤ ਭਗਤ ਉਸ ਨੇ ਇਹਨਾਂ ਨੂੰ ਕਿਹਾ ਵੀ ਮੈਨੂੰ ਸਿਰ ਦੇ ਦੇ 500 ਰੁਪਈਆ ਦੇ ਕੇ ਸਿੰਘਾਂ ਤੋਂ ਉਹਦਾ ਸਿਰ ਲਿਆ ਅਤੇ ਇਹਦਾ ਸੰਸਕਾਰ ਕੀਤਾ। ਹੁਣ ਇਸ ਗੱਲ ਦਾ ਪਤਾ ਜਦੋਂ ਲਖਪਤ ਰਾਏ ਨੂੰ ਲੱਗਾ ਉਹ ਤਾਂ ਪਿੱਟਣਾ ਸੀ ਵੀ ਭਰਾ ਔਰ ਉਹ ਵੀ ਜਿਹੜਾ ਸਿੱਖਾਂ ਦੇ ਮੈਂ ਦੁਸ਼ਮਣ ਬਣੇ ਉਹਨਾਂ ਨੇ ਮੇਰਾ ਭਰਾ ਵੱਢ ਦਿੱਤਾ ਤਾਂ ਉਸ ਨੇ ਜੀ ਸਭ ਤੋਂ ਪਹਿਲਾਂ ਯਹੀਆ ਖਾਂ ਦੇ ਕੋਲ ਆ ਕੇ ਆਪਣੀ ਪੱਗ ਲਾ ਕੇ ਮਾਰੀ ਕਹਿੰਦਾ ਅੱਜ ਤੋਂ ਬਾਅਦ ਮੈਂ ਪੱਗ ਉਦਣ ਬੰਨਾਂਗਾ ਜਿੱਦਣ ਸਿੱਖਾਂ ਦਾ ਖੁਰਾ ਖੋਜ ਮਿਟਾ ਦਿਆਂਗਾ। ਹਕਾਰੇ ਹੋਏ ਨੇ ਇਹ ਵੀ ਗੱਲ ਕਹੀ ਕਿ ਸਿੰਘਾਂ ਨੂੰ ਪੈਦਾ ਵੀ ਇੱਕ ਖੱਤਰੀ ਨੇ ਕੀਤਾ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਸਾਜਿਆ ਅਤੇ ਇਹਨਾਂ ਨੂੰ ਖਤਮ ਵੀ ਇੱਕ ਖੱਤਰੀ ਕਰੂਗਾ ਭਾਵੇਂ ਮੈਂ ਹੀ ਕਰਾਂਗਾ। ਅਤੇ ਇਤਿਹਾਸ ਦੇ ਪੰਨੇ ਫੋਲਿਆਂ ਪਤਾ ਲੱਗਦਾ ਕਿ ਇੰਨੀ ਕੁ ਲੜਾਈ ਕੀਤੀ ਵੀ ਕੋਈ ਬੰਦਾ ਆਮ ਬੋਲਚਾਲ ਦੇ ਵਿੱਚ ਗੁੜ ਨਹੀਂ ਕਹੇਗਾ। ਗੁੜ ਕਹੇ ਤੇ ਗੁਰੂ ਯਾਦ ਆਉਂਦਾ ਹੈ। ਭੇਲੀ ਸ਼ਬਦ ਜਿਹੜਾ ਸਾਡੇ ਪੰਜਾਬ ਵਿੱਚ ਪ੍ਰਚਲਿਤ ਹੈ ਗੁੜ ਲਈ ਇਹ ਉਦੋਂ ਦਾ ਚੱਲੂਗਾ। ਤੇ ਫਿਰ ਕੋਈ ਬੰਦਾ ਕਿਸੇ ਧਾਰਮਿਕ ਪੁਸਤ ਨੂੰ ਗ੍ਰੰਥ ਨਹੀਂ ਕਹੇਗਾ। ਗ੍ਰੰਥ ਕਿਹਾ ਤੇ ਗੁਰੂ ਗ੍ਰੰਥ ਸਾਹਿਬ ਯਾਦ ਆਉਂਦੇ ਨੇ, ਪੋਥੀ ਕਹੇਗਾ, ਪੋਥੀ ਉਦੋਂ ਤੋਂ ਪ੍ਰਚਲਿਤ ਹੋਈ। ਇਹ ਇਹੋ ਜਿਹੇ ਹੁਕਮ ਕਰਕੇ ਤੇ ਨਾਲ ਯਹੀਆ ਖਾਂ ਨੂੰ ਕੀ ਚਾਹੀਦਾ ਸੀ, ਉਹ ਤਾਂ ਅੱਗੇ ਵੈਰੀ ਸੀ ਵੀ ਚਲੋ ਇੱਕ ਇਹਨਾਂ ਦੇ ਭਰਾ ਜਿਹੜਾ ਮੇਰੇ ਹੱਥ ਵਿੱਚ ਆ ਗਿਆ ਹੈ। ਤੇ ਗੁਰਬਾਣੀ ਦੀ ਇੱਕ ਪੰਕਤੀ ਹੈ ਕਿ ਹਰਨਾ ਵਾਝਾਂ ਤੇ ਸਿਕਦਾਰਾਂ, ਇਹ ਨਹੀਂ ਪੜਿਆ ਨਾ, ਜਿਹੜੇ ਸ਼ਿਕਾਰੀ ਨੇ ਉਹ ਪਹਿਲਾਂ ਜਾਨਵਰ ਉਹਨਾਂ ਦਾ ਪਸਾ ਕੇ ਤੇ ਉਹਨਾਂ ਦੀ ਬੋਲੀ ਬੋਲ ਕੇ ਉਹ ਆਪ ਹੀ ਆਪਣੇ ਬੰਦਿਆਂ ਨੂੰ ਲੈ ਕੇ ਆਉਂਦਾ ਹੈਗਾ ਤੇ ਜਾਨਵਰ ਮਾਰੇ ਜਾਂਦੇ। ਇਸੇ ਤਰ੍ਹਾਂ ਇਹੀ ਗੱਲ ਯਹੀਆ ਖਾਂ ਨੇ ਕੀਤੀ ਤੇ ਲਖਪਤ ਰਾਏ ਨੂੰ ਅੱਗੇ ਕੀਤਾ ਵੀ ਜਿੰਨੀ ਮਰਜ਼ੀ ਫੌਜ ਲੈ, ਮੈਂ ਤੇਰੇ ਨਾਲ ਹੈ, ਸਰਕਾਰੀ ਸਾਰੀ ਮਸ਼ੀਨਰੀ ਤੇਰੇ ਨਾਲ ਹੈ, ਤੂੰ ਸਿੰਘਾਂ ਦਾ ਖੁਰਾ ਖੋਜ ਪਟਾ ਦੇ ਜੀ।
ਸੋ ਉਹ ਫਿਰ ਇਹ ਜੰਗ ਹੋਈ ਜੀ ਕਿ ਕਿਸ ਤਰ੍ਹਾਂ, ਕਿਉਂਕਿ ਕੀ ਸਿਰਫ ਇਹ ਅਮੀਨਾਬਾਦ ਤੱਕ ਹੀ ਸੀਮਤ ਸੀ ਜੰਗ ਜਾਂ ਕਿਤੇ ਹੋਰ ਵੀ ਹੋਈ? ਕਿਉਂਕਿ ਇਸ ਨੂੰ ਘੱਲੂ ਘਾਰਾ ਕਿਹਾ ਜਾਂਦਾ, ਇਸਦਾ ਮਤਲਬ ਕਿ ਬਹੁਤ ਹੀ ਖੂਨ ਖਰਾਬਾ ਹੋਇਆ ਹੈਗਾ। ਇੱਕ ਛੋਟੀ ਜਿਹੀ ਬ੍ਰੇਕ, ਵਾਪਸ ਆ ਕੇ ਹੋਰ ਜਾਣਕਾਰੀ ਲੈਂਦੇ ਹਾਂ ਕਿ ਫਿਰ ਇਹ ਕਿੱਥੋਂ ਤੱਕ ਸੀਮਤ ਰਹੀ, ਕੀ ਕਿੰਨੀ ਦੇਰ, ਕੋਈ ਇਤਿਹਾਸ ਦੱਸਦਾ ਹੈ ਕਿੰਨੀ ਦੇਰ ਚੱਲਦੀ ਰਹੀ, ਜਾਂ ਹੋਰ ਜਿਹੜੇ ਅੰਕੜੇ ਹੈਗੇ ਨੇ? ਅਤੇ ਖਾਸ ਤੌਰ ਉੱਤੇ ਜਿਹੜੇ ਤੁਸੀਂ ਜ਼ਿਕਰ ਕੀਤਾ ਕਿ ਇਹ ਸਿੰਘ ਜਿਹੜੇ ਕਿ ਘੋੜਿਆਂ 'ਤੇ ਹੀ ਆਪਣਾ ਜੀਵਨ ਬਤੀਤ ਕਰ ਰਹੇ ਸਨ, ਇਸ ਤੋਂ ਬਾਅਦ ਫਿਰ ਕੀ ਹੁੰਦਾ, ਕਿਵੇਂ ਸਿੱਖ ਇਕੱਤਰ ਹੁੰਦੇ ਨੇ, ਕੀ ਕੁਝ ਹੁੰਦਾ, ਇਹ ਜਾਣਕਾਰੀ ਲੈਣੀ ਥੋੜ੍ਹੀ ਜਿਹੀ ਬ੍ਰੇਕ ਤੋਂ ਬਾਅਦ? ਠੀਕ ਹੈ। ਵੈਲਕਮ ਟੂ ਹੇਅਰ ਮੋਟਰਸ। ਮੈਂ ਸਾਰਿਆਂ ਨੂੰ ਸੱਦਾ ਦਿੰਦਾ ਵੀ ਤੁਸੀਂ ਇੱਕ ਵਾਰੀ ਆਣ ਕੇ ਸਾਡਾ ਨਵਾਂ ਸ਼ੋਰੂਮ ਦੇਖੋ। ਸਾਡੇ ਸ਼ੋਰੂਮ ਅਰਗਾ ਸ਼ੋਰੂਮ ਇੱਥੇ ਇੰਡਸਟਰੀ ਕੋ ਕਿਸੇ ਕੋ ਹੈ ਨਹੀਂ ਗਾ, ਇਹ ਇੰਨਾ ਵਧੀਆ ਸ਼ੋਰੂਮ ਆ ਕਿ ਦੇਖਣ ਵਾਲਾ ਆ। ਤੁਸੀਂ ਆਣ ਕੇ ਸਾਡੇ ਨਾਲ ਜੇ ਕੋਈ ਫਾਈਨਾਂਸ ਦੀ ਸਲਾਹ ਲੈਣੀ ਆ ਜਾਂ ਫਾਈਨਾਂਸ ਕਰਨਾ, ਇੱਕ ਵਾਰੀ ਸਾਡੇ ਕੋਲ ਜ਼ਰੂਰ ਆਓ। ਅਸੀਂ ਤੁਹਾਡੇ ਨਾਲ ਵਾਅਦਾ ਕਰਦੇ ਹਾਂ ਕਿ ਤੁਹਾਡੀ ਪੇਮੈਂਟ ਘੱਟ ਬਣਾ ਕੇ ਵਧੀਆ ਰੇਟ ਲੈ ਕੇ ਇੱਕ ਘੰਟੇ ਵਿੱਚ ਪ੍ਰੂਵ ਕਰਕੇ ਗੱਡੀ ਦੇ ਕੇ ਤੁਹਾਨੂੰ ਅਸੀਂ ਘਰ ਭੇਜਾਂਗੇ। ਸਵਾਗਤ ਹੈ ਜੀ ਇੱਕ ਵਾਰ ਫਿਰ ਆਪ ਸਭ ਦਾ ਅੱਜ ਦੇ ਰਿਲੀਜੀਅਸ ਸੈਗਮੈਂਟ ਵਿੱਚ। ਮੇਰੇ ਨਾਲ ਸਾਥ ਦੇ ਰਹੇ ਨੇ ਸਰਦਾਰ ਕੇਵਲ ਸਿੰਘ ਨਿਰਦੋਸ਼ ਦੁਸਾਂਝ, ਅਤੇ ਇਤਿਹਾਸ ਦੇ ਪੰਨੇ ਵਿੱਚ ਅਸੀਂ ਛੋਟੇ ਘੱਲੂਘਾਰੇ ਦੇ ਜ਼ਿਕਰ ਕਰ ਰਹੇ ਹਾਂ ਅਤੇ ਜਾਣਕਾਰੀ ਲੈ ਰਹੇ ਹਾਂ ਕਿ ਕਿਉਂ ਵਾਪਰਿਆ ਸੀ, ਇਸ ਵਿੱਚ ਕੀ ਕੁਝ ਹੋਇਆ, ਅਤੇ ਖਾਸ ਤੌਰ ਉੱਤੇ ਕਿਉਂ ਜ਼ਰੂਰਤ ਹੈ ਸਾਨੂੰ ਇਹਨਾਂ ਸ਼ਹੀਦਾਂ ਨੂੰ ਯਾਦ ਕਰਨ ਦੀ। ਹੋਰ ਜਾਣਕਾਰੀ ਲੈਣੀ ਹੈ ਸਰਦਾਰ ਕੇਵਲ ਸਿੰਘ ਨਿਰਦੋਸ਼ ਦੁਸਾਂਝ ਤੋਂ। ਜੀ ਭਾਈ ਸਾਹਿਬ, ਸੋ ਬ੍ਰੇਕ ਤੋਂ ਪਹਿਲਾਂ ਜਿਸ ਤਰ੍ਹਾਂ ਤੁਸੀਂ ਦੱਸ ਰਹੇ ਸੀ ਕਿ ਲਖਪਤ ਰਾਏ ਨੇ ਇਹ ਸਾਰਾ ਕੁਝ ਜਿਹੜਾ ਆਰੰਭਿਆ, ਅਤੇ ਉਸ ਤੋਂ ਬਾਅਦ ਇਹ ਸਿੱਖਾਂ ਦੇ ਖਿਲਾਫ ਜਿਹੜੀ ਇੱਕ ਜੰਗ ਜਿਹੜੀ ਹੈ ਛੇੜ ਦਿੱਤੀ ਗਈ। ਹੁਣ ਕੀ ਇਹ ਸਿਰਫ ਸੀਮਤ ਸੀ ਅਮੀਨਾਬਾਦ ਤੱਕ, ਜਾਂ ਇਹ ਜਦੋਂ ਘੱਲੂਘਾਰਾ ਕਹਿੰਦੇ ਹਾਂ ਤਾਂ ਘੱਲੂਘਾਰਾ ਦਾ ਬੇਸਿਕ ਜਿਸ ਤਰ੍ਹਾਂ ਤੁਸੀਂ ਕਿਹਾ ਲੜਾਈ, ਪਰ ਇਹ ਲੜਾਈ ਸਿਰਫ ਸੀਮਤ ਸੀ ਕੁਝ ਦਿਨਾਂ ਲਈ ਜਾਂ ਇਹ ਚੱਲਦੀ ਰਹੀ, ਕੀ ਹੋਇਆ ਕੀ? ਨਹੀਂ ਜੀ, ਗੱਲ ਇੱਥੋਂ ਤਾਂ ਸ਼ੁਰੂਆਤ ਹੋਈ ਆ। ਅੱਛਾ ਜੀ। ਜਿਵੇਂ ਜਿਵੇਂ ਆਪਾਂ ਭਾਈ ਜ਼ਕਰੀਆ ਖਾਨ ਦੇ ਟਾਈਮ 'ਤੇ ਭਾਈ ਤਾਰੂ ਸਿੰਘ ਦਾ ਜ਼ਿਕਰ ਕੀਤਾ, ਸ਼ਹੀਦੀਆਂ ਹੁੰਦੀਆਂ ਰਹੀਆਂ, ਅਤੇ ਪ੍ਰੰਤੂ ਉਦੋਂ ਤੱਕ ਕੋਈ ਆਹਮੋ ਸਾਹਮਣੇ ਖੜਕਵੀਂ ਲੜਾਈ ਜਿਹਨੂੰ ਆਪਾਂ ਕਹਿ ਦਈਏ ਨਾ, ਉਹ ਨਹੀਂ ਹੋਈ। ਇਹ ਜਿਹੜਾ ਪਹਿਲਾ ਘੱਲੂਘਾਰਾ ਜਿਹਦੇ ਵਿੱਚ ਸਭ ਤੋਂ ਜ਼ਿਆਦਾ 7,000 ਦੇ ਕਰੀਬ ਸਿੰਘ ਸ਼ਹੀਦ ਹੋਏ ਅਤੇ 3,000 ਕੈਦੀ ਹੋਏ, 10,000 ਦਾ ਟੋਟਲ ਜਿਹੜਾ ਇਹਦੇ, ਇਸ ਵਾਸਤੇ ਇਹਨੂੰ ਛੋਟਾ ਘੱਲੂਘਾਰਾ ਕਿਹਾ ਜਾਂਦਾ, ਇੱਡਾ ਵੱਡਾ ਨੁਕਸਾਨ ਹੋਇਆ। ਉਸ ਵੇਲੇ ਜਦੋਂ ਲੜਾਈ ਸ਼ੁਰੂ ਹੋ ਗਈ, ਚਾਹੇ ਉਸਨੇ ਕਿਹਾ ਵੀ ਫੌਜਾਂ ਲੈ ਲਾ। ਹੁਣ ਜਿਹੜਾ ਮਾਝੇ ਦਾ ਆਪਾਂ ਇਲਾਕਾ ਦੇਖੀਏ, ਕਿਉਂਕਿ ਜਿੱਦਾਂ ਹੁਣ ਦੁਆਬਾ, ਦੁਆਬੇ ਤਾਂ ਕਈ ਆ ਜੀ, ਦੁਆਬੇ ਦਾ ਤਾਂ ਅਰਥ ਹੈ ਵੀ ਇਹ ਦੋ ਦਰਿਆਵਾਂ ਦੇ ਵਿਚਕਾਰ, ਹਾਂਜੀ। ਜਿਵੇਂ ਹੁਣ ਆਪਾਂ ਜਿਹੜਾ ਦੁਆਬਾ ਆਮ ਸਮਝਦੇ ਹਾਂ, ਜਲੰਧਰ, ਹੁਸ਼ਿਆਰਪੁਰ ਅਤੇ ਕਪੂਰਥਲਾ, ਇਹਨੂੰ ਬੈਸਟ ਦੁਆਬ ਕਹਿੰਦੇ ਆ। ਬਿਆਸ ਅਤੇ ਸਤਲੁਜ ਦੇ ਵਿਚਕਾਰ ਇੱਕ ਰਚਨਾ ਦੁਆਬ ਆ, ਰਾਵੀ ਅਤੇ ਚਨਾਬ ਦੇ ਇੱਕ ਬਾਰੀ ਦੁਆਬ ਆ, ਬਿਆਸ ਅਤੇ ਰਾਵੀ ਦੀ ਇੱਦਾਂ ਜਾਣੀ। ਇਹ ਜਿਹੜੇ ਸਿੰਘ ਸੀਗੇ, ਇਹ ਜਦੋਂ ਜਦੋਂ ਤੁਸੀਂ ਲੁਧਿਆਣਾ ਆਪਣੇ ਤੋਂ ਲਾਹੌਰ ਤੋਂ ਚੱਲੋ ਤਾਂ ਇੱਧਰ ਨੂੰ ਸਿੰਘਾਂ ਨੂੰ ਜਦੋਂ ਪਤਾ ਲੱਗਾ ਵੀ ਫੌਜ ਚੜਿਆ ਹੀ ਆ, ਹਾਂ, ਜਿਹੜੇ ਜੰਗਲਾਂ ਵਿੱਚ ਇਹ ਇੱਕ ਜਗ੍ਹਾ ਇਕੱਠੇ ਹੋ ਗਏ, ਤਾਂ ਇਹਨਾਂ ਦੇ ਉਸ ਵੇਲੇ ਦੇ ਜਿਹੜੇ ਮੁਖੀ ਸਨ ਉਹ ਸਰਦਾਰ ਮਹਾਰਾਜਾ ਰਣਜੀਤ ਸਿੰਘ ਦੇ ਦਾਦਾ ਜੀ ਸਰਦਾਰ ਚੜ੍ਹ ਸਿੰਘ ਸ਼ੁਕਰ ਚੱਕੀਆ, ਔਰ ਸਰਦਾਰ ਸੁੱਖਾ ਸਿੰਘ ਮਾੜੀ ਕੰਬੋਗੀ ਸੀਨੀਅਰ ਸੀਗਾ, ਕੌਮ ਦਾ ਜਿਹਨੂੰ ਸਲਤਨਤ ਕੌਮ ਕਹਿੰਦੇ ਨੇ, ਸਰਦਾਰ ਜੱਸਾ ਸਿੰਘ ਆਲੂ ਵਾਲੀਆ, ਅਤੇ ਇਸੇ ਤਰ੍ਹਾਂ ਗੁਰਦਿਆਲ ਸਿੰਘ ਡੱਲੇ ਵਾਲੀ, ਜਿਹੜੀਆਂ ਬਾਅਦ 'ਚ ਮਿਸਲਾਂ ਜਿਹਨਾਂ ਦੇ ਨਾਂ 'ਤੇ ਬਣੀਆਂ, ਔਰ ਉਹ ਇਹ ਸਾਰੇ ਮੁਖੀ ਸਿੱਖ ਆਪੋ ਆਪਣੇ ਜੱਥਿਆਂ ਦੇ ਨਾਲ ਇੱਕ ਜਗ੍ਹਾ ਇਕੱਠੇ ਹੋ ਗਏ, ਅਤੇ ਇਹਨਾਂ ਨੇ ਜਿਹੜਾ ਜਿਹੜਾ ਕਾਹਨੂੰ ਆਉਣ ਦਾ ਸ਼ੰਭ ਹੈ ਨਾ, ਜਿੱਥੇ ਮੇਨ ਜਿਹੜੀ ਜੰਗ ਹੈਗੀ ਆ, ਲੜਾਈ ਜਿਹੜੀ ਆ, ਕਿਉਂਕਿ ਸਿੰਘ ਤੇ ਝਾੜੀਆਂ ਵਿੱਚ ਜੰਗਲਾਂ ਵਿੱਚ ਰਹਿੰਦੇ ਸੀ, ਚੱਕਰ ਇਹ ਸੀ ਵੀ ਇਹ ਤਾਂ ਘਾਹ ਪੱਤਾ ਖਾ ਕੇ ਜਾਂ ਜੋ ਸ਼ਿਕਾਰ ਮਿਲਿਆ, ਜਾਨਵਰ ਮਾਰਿਆ, ਛਕ ਲਿਆ, ਤੇ ਕਿਹੜੀ ਖੇਤੀ ਕਰਦੇ ਸਨ, ਤੇ ਦੂਜਾ ਸੀਗਾ ਇਹ ਜੰਗਲਾਂ ਤੋਂ ਵਾਕਫ ਸਨ ਤੇ ਸਖ਼ਤ ਜਾਨ ਸਨ, ਤੇ ਹੁਣ ਇੱਕ ਬੰਦਾ ਜਿਹੜਾ ਕਦੇ ਨਿਕਲਿਆ ਨਹੀਂ ਆ ਬਾਹਰ, ਤੇ ਉਹ ਜੰਗਲ ਦੀਆਂ ਤਕਲੀਫਾਂ ਨੂੰ ਜਾਂ ਝਾੜੀਆਂ ਦੇ ਵਿੱਚ ਰਹਿਣਾ ਉਹਨਾਂ ਲਈ ਤਾਂ ਖਾਸਾ ਮੁਸ਼ਕਲ ਸੀ, ਤੇ ਸਿੱਖ ਤਾਂ ਜਿਹੜੇ ਖਾਲਸੇ ਸੀਗੇ ਤਾਂ ਐਨ ਪੋਟਾ ਪੋਟਾ ਜੰਗਲ ਤੋਂ ਵਾਕਫ ਸਨ। ਇਹਨਾਂ ਨੇ ਸੋਚਿਆ ਵੀ ਇੱਥੇ ਇਹਨਾਂ ਨੂੰ ਸ਼ਸਤਰਾਂ ਸਮੇਤ ਵੱਡੀਆਂ ਤੋਪਾਂ ਦੇ ਨਾਲ, ਹਥਿਆਰਾਂ ਦੇ ਨਾਲ ਖਾਸਾ ਔਖਾ ਹੋਏਗਾ ਸਾਡੇ ਸਾਡਾ ਮੁਕਾਬਲਾ ਕਰਨਾ, ਤੇ ਜਿਹੜੀ ਗੱਲ ਇੱਕ ਪੰਜਾਬੀ ਤੋਂ ਮਹਾਰਾ ਵੀ ਲੜਾਈ ਦੇ 2.5 ਫੱਟ ਹੁੰਦੇ ਆ ਜੀ, ਉਹ 2.5 ਫੱਟ ਇਹ ਆ ਵੀ ਇੱਕ ਤਾਂ ਫੱਟ ਹੈਗਾ ਵੀ ਸਿੱਧਾ ਜਾ ਕੇ ਈਨ ਮੰਨ ਲਓ ਖਤਮ ਹੋ ਗਈ ਲੜਾਈ, ਰਾਈਟ, ਦੂਜੀ ਆ ਵੀ ਭੱਜ ਜਾਓ, ਔਰ ਉਹ ਅਤੇ ਤੀਸਰੀ ਆ ਜਿਹੜਾ ਅੱਧਾ ਫੱਟ ਜਿਹੜਾ ਹੈਗਾ ਉਹ ਆ ਵੀ ਗਲ ਪੈ ਕੇ ਮਰ ਜਾਓ ਜੋ ਕੁਛ ਹੋ ਜਾਏ।
ਢਾਈ ਫਟਿਆ ਹਾਂਜੀ। ਹੁਣ ਜਿਹੜੀ ਜਿਹੜਾ ਦੂਸਰਾ ਪੱਖ ਹੈ, ਜਦੋਂ ਅਸੀਂ ਸਿੱਖਾਂ ਦੀ ਜੰਗ ਦੀ ਸ਼ੈਲੀ ਨੂੰ ਵੇਖਦੇ ਹਾਂ, ਇਹ ਗੁਰੀਲਾ ਜੰਗ ਜਿਹੜੀ ਆ ਰਾਈਟ ਜਿਹੜੀ ਸਿੱਖਾਂ ਨੇ ਕੀਤੀ ਆ, ਇਹਦੇ ਨਾਲ ਦਾ ਜਾਣੀ ਦੁਨੀਆਂ ਭਰ ਦੇ ਵਿੱਚ ਇਹ ਇਸ ਲੜਾਈ ਵਿੱਚ ਗੁਰੀਲਾ ਜੰਗ ਵਿੱਚ ਸਿੰਘਾਂ ਨਾਲ ਤਾਂ ਕੋਈ ਨਹੀਂ। ਇਹਨਾਂ ਦੇ ਢੰਗ ਇਹ ਹੁੰਦਾ ਵੀ ਪਹਿਲਾਂ ਭੱਜ ਜਾਣਾ, ਭੱਜ ਜਾਣਾ ਅਤੇ ਦੁਸ਼ਮਣ ਜਿਹੜਾ ਸੀ ਉਹ ਇੱਕਦਮ ਪੈ ਜਾਂਦਾ ਸੀਗਾ, ਅਤੇ ਜਿਹੜੇ ਕਾਲੇ ਨੌਜਵਾਨ ਜੋਸ਼ੀਲੇ ਸਨ ਅੱਗੇ ਲੰਘ ਜਾਂਦੇ, ਦੂਜੀਆਂ ਫੌਜਾਂ ਪਿੱਛੇ ਰਹਿ ਗਈਆਂ, ਇਹਨੇ ਇੱਕਦਮ ਘੋੜੇ ਮੋੜ ਕੇ ਉਹਨਾਂ ਨੂੰ ਫੜ ਕੇ ਸਾਰਿਆਂ ਨੂੰ ਝਟਕਾ ਦੇਣਾ। ਇਸ ਵਾਸਤੇ ਅਹਿਮਦ ਸ਼ਾਹ ਅਬਦਾਲੀ ਦੇ ਨਾਲ ਜਿਹੜਾ ਕਾਜ਼ੀ ਨੂਰ ਮੁਹੰਮਦ ਆਇਆ ਨਾ, ਉਹ ਜਿੰਨ ਜੰਗਨਾਮਾ ਇਹ ਲਿਖਿਆ ਸਾਰਾ ਇਤਿਹਾਸ ਜਿਹੜਾ, ਉਹ ਸਿੰਘਾਂ ਨੂੰ ਸੱਗ ਵੀ ਲਿਖਦਾ, ਕੁੱਤੇ ਲਿਖਦਾ ਹੈਗਾ, ਅਤੇ ਉਹ ਨਾਲ ਦੀ ਨਾ ਰਿਹਾ। ਪਰ ਉਹ ਕਹਿੰਦਾ ਬਈ ਉਹ ਵਾਸਤਾ ਜੇ ਕਿਤੇ ਸਿੰਘ ਕਿਤੇ ਭੱਜ ਅਤੇ ਕਿਤੇ ਇਹ ਅੰਦਾਜ਼ਾ ਨਾ ਲਿਆ ਕੋਈ ਹਾਰ ਗਏ ਆ, ਇਹਨਾਂ ਦੀ ਪੋਲਸੀ ਕਿਤੇ ਇੱਦਾਂ ਮਗਰ ਨਾ ਲੱਗ ਜਾਓ। ਅਬਦਾਲੀ ਵਾਰ ਵਾਰ ਆਪਣੇ ਸਿਪਾਹੀਆਂ ਨੂੰ ਇਹ ਸ਼ਿਕਸ਼ਾ ਦਿੰਦਾ ਸੀ ਵੀ ਸਿੰਘਾਂ ਦਾ ਭੱਜਣਾ ਉਹਨਾਂ ਦੀ ਹਾਰ ਨਾ ਸਮਝਣਾ। ਠੀਕ ਹੈ। ਸੋ ਇਸ ਤਰੀਕੇ ਦੇ ਨਾਲ ਇਹ ਸਿੰਘ ਜਿਹੜੇ ਸਨ ਉਹ ਜਦੋਂ ਭੱਜਦੇ ਸਨ ਉਹਨਾਂ ਦਾ ਮਕਸਦ ਇਹ ਹੁੰਦਾ ਵੀ ਜੇ ਹੁਣ ਹਥਿਆਰ ਥੋੜ੍ਹੇ ਰਹਿ ਗਏ ਆ ਭੱਜ ਤੁਰੋ, ਅਤੇ ਜਿਹੜੇ ਕਾਲੇ ਕਾਲੇ ਆ ਗਏ ਉਹਨਾਂ ਨੂੰ ਮਾਰ ਕੇ ਖਤਮ ਕਰ, ਵੀ ਉਹਨਾਂ ਦੇ ਹਥਿਆਰ ਵੀ ਉਹਨਾਂ ਦੇ ਘੋੜੇ ਵੀ ਲੈ ਲੈਣ। ਸਿੰਘ ਇਸ ਤਰ੍ਹਾਂ ਉਹਨਾਂ ਦਾ ਮੁਕਾਬਲਾ ਜਿਹੜਾ ਸੀ ਕਰਦੇ ਰਹੇ, ਅਤੇ ਇਹ ਹੁਣ ਜਹੀਆ ਖਾਂ ਆਪਣੀਆਂ ਫੌਜਾਂ ਦੇ ਨਾਲ ਅਤੇ ਜਿਹੜਾ ਸੀਗਾ ਲਖਪਤ ਰਾਏ ਉਹ ਹੋਰ ਜਿੰਨਾ ਸਰਕਾਰੀ ਮਸ਼ੀਨਰੀ ਸੀ ਢਡੋਰਾ ਪਿੱਟ ਕੇ ਆਮ ਪਿੰਡਾਂ ਦੇ ਵਿੱਚੋਂ ਜਹਾਦ ਦਾ ਨਾਰਾ ਲਾ ਕੇ ਮੁਸਲਮਾਨਾਂ ਨੂੰ ਅਤੇ ਦੂਜਿਆਂ ਨੂੰ ਸਾਰਿਆਂ ਨੂੰ ਜਿਹੜੇ ਸਿੱਖਾਂ ਦੇ ਵਿਰੋਧੀ ਸੀ ਇਕੱਠੇ ਕਰਕੇ ਇੱਕ ਜਿੱਦਾਂ ਸ਼ੇਡ ਪਾਈ ਦੀ ਨਾ ਮਗਰ ਇੱਦਾਂ ਢੋਲ ਵਜਾ ਕੇ ਜੰਗਲ ਦੇ ਵਿੱਚ ਵਾੜੇ। ਪਰ ਸਿੰਘ ਤਾਂ ਜੰਗਲ ਦੇ ਵਾਸਤੇ ਭੱਜਣ ਨੇ, ਫਿਰ ਇਹਨੂੰ ਸੁੱਜਿਆ ਬਈ ਇੱਦਾਂ ਤਾਂ ਮੈਂ ਜਿੱਤ ਨਹੀਂ ਸਕਾਂਗਾ। ਫਿਰ ਇਸ ਨੇ ਜੰਗਲ ਕਟਾਉਣੇ ਸ਼ੁਰੂ ਕਰ ਦਿੱਤੇ, ਜੰਗਲ ਨੂੰ ਅੱਗਾਂ ਲਾਉਣੀਆਂ ਸ਼ੁਰੂ ਕਰਤੀ। ਉਦੋਂ ਫਿਰ ਸਿੰਘਾਂ ਲਈ ਖਾਸਾ ਉਹ ਵਕਤ ਬੜਾ ਔਖਾ ਸੀ ਵੀ ਹੁਣ ਇਹ ਸਾਹਮਣੇ ਜਦ ਸਿੰਘ ਪਹਾੜ ਵੱਲ ਨੂੰ ਨਿਕਲ ਤੁਰੇ, ਇੱਧਰ ਜਦੋਂ ਨਿਕਲੇ ਕਾਹਨੂੰ ਵੱਲ ਤੋਂ ਅੱਗੇ ਨਿਕਲੇ ਤਾਂ ਪਹਾੜੀਆਂ ਨੂੰ ਵੀ ਮੋਹਰੇ ਸੁਨੇਹ ਭੇਜੇ ਸੀ ਵੀ ਸਿੰਘਾਂ ਨੂੰ ਪਹਾੜ 'ਤੇ ਚੜ੍ਹ ਨਹੀਂ ਦੇਣਾ, ਅਤੇ ਦੂਜੇ ਪਾਸੇ ਰਾਵੀ ਦੇ ਵਿੱਚ ਹੜ੍ਹ ਆਇਆ ਹੋਇਆ ਸੀ, ਬਹੁਤ ਪਾਣੀ ਚੜ੍ਹਿਆ ਸੀ, ਪਿਛਲੇ ਪਾਸੇ ਫੌਜ ਆ ਰਹੀ ਸੀ, ਤੋ ਸਿੰਘਾਂ ਵਾਸਤੇ ਕੋਈ ਚਾਰਾ ਨਹੀਂ ਸੀਗਾ ਅਤੇ ਥੋੜ੍ਹੇ ਘੋੜੇ ਜਿਹੜੇ ਕਮਜ਼ੋਰ ਸਨ। ਕੋਈ ਸਿੰਘਾਂ ਨੇ ਆਖਿਆ ਵੀ ਤੁਸੀਂ ਜਿਹੜੇ ਜਾ ਸਕਦੇ ਆ ਵੀ ਉਹ ਭਾਈ ਜਿੱਦਾਂ ਜਿੱਦਾਂ ਕਿਸੇ ਤੋਂ ਨਿਕਲ ਹੁੰਦਾ ਉਹ ਨਿਕਲੋ, ਜੇ ਹੁਣ ਪਹਾੜਾਂ ਵੱਲ ਨੂੰ ਜਾਂਦੇ ਉੱਤੋਂ ਪੱਥਰ ਪੈਂਦੇ ਸੀਗੇ, ਅਤੇ ਫਿਰ ਲੜਨ ਮਰਨ ਤੋਂ ਸਵਾ ਅਤੇ ਜਾਂ ਕੋਈ ਚਾਰਾ ਨਹੀਂ, ਜਾਂ ਫਿਰ ਰਾਵੀ ਟੱਪ ਕੇ ਪਾਰ ਜਾਂਦੇ। ਅਤੇ ਫਿਰ ਸਰਦਾਰ ਗੁਰਦਿਆਲ ਸਿੰਘ ਡੱਲਿਆਲ ਦੇ ਦੋ ਭਰਾ ਉਹਨਾਂ ਉਹ ਕਹਿੰਦੇ ਵੀ ਅਸੀਂ ਪਾਣੀ ਦਾ ਅੰਦਾਜ਼ਾ ਲਾਉਂਦੇ ਹਾਂ। ਇਤਿਹਾਸ ਕਹਿੰਦਾ ਵੀ ਜਦੋਂ ਪਾਣੀ 'ਚ ਗਏ ਇੰਨਾ ਤੇਜ਼ ਵਹਾਅ ਸੀ ਕਿ ਉਹ ਮੁੜ ਕੇ ਵਾਪਸ ਆ ਹੀ ਨਹੀਂ ਸਕੇ। ਔਰ ਇਹਦੇ ਵਿੱਚ ਇਸ ਪਹਿਲੇ ਘੱਲੂਘਾਰੇ ਦੇ ਵਿੱਚ ਜਿਸ ਵੀਰਤਾ ਦੇ ਨਾਲ ਸਰਦਾਰ ਸੁੱਖਾ ਸਿੰਘ ਜੀ ਲੜੇ ਆ, ਮੜੀ ਕੰਬੋਕੀ ਬਹੁਤ ਬਹਾਦਰੀ ਨਾਲ ਲੜੇ, ਔਰ ਉਸ ਬਹਾਦਰੀ ਦਾ ਇਹਦੇ ਜੰਬੂਰ 'ਚ ਇਹਦੇ ਫਾਇਰ ਲੱਗਾ ਜੀ, ਲਾਤੇ ਦੀ ਐਨ ਜ਼ਖਮੀ ਬੁਰੀ ਤਰ੍ਹਾਂ ਹੋ ਗਈ, ਪਰ ਇਸਨੇ ਘੋੜੇ ਦੇ ਨਾਲ ਹੀ ਉਹਨੂੰ ਬੰਨ ਲਿਆ ਅਤੇ ਬੰਨ ਕੇ ਉੱਦਾਂ ਹੀ ਲੜਾਈ ਦੇ ਵਿੱਚ ਜਾਂਦੇ ਰਹੇ। ਸਰਦਾਰ ਜੱਸਾ ਸਿੰਘ ਆਲੂਵਾਲੀਆ ਉਸ ਵੇਲੇ ਜਵਾਨ ਸੀਗਾ, ਇਹਨਾਂ ਨੇ ਖੈਰ ਹੋਰ ਕੋਈ ਚਾਰਾ ਨਾ ਚੱਲਦਾ ਦੇਖ ਕੇ ਕਿਹਾ ਵੀ ਆਓ ਜੇ ਸੂਰਮੇ ਬਹਾਦਰ ਸਾਡੇ ਨਾਲ ਜੰਗ ਕਰੋ, ਅਤੇ ਇਹ ਤਾਂ ਸੀਗੇ ਆਪਣੇ ਜਿੱਦਾਂ ਲੋਹੇ ਦੀਆਂ ਪਾਈਆਂ ਹੋਈਆਂ ਸੀਗੀਆਂ ਇਹਨਾਂ ਨੇ ਆਪਣੇ ਸ਼ਸਤਰ ਵੀ ਅਤੇ ਆਪਣੇ ਵਰਦੀਆਂ ਵੀ। ਤਾਂ ਸੁੱਖਾ ਸਿੰਘ ਆਖਿਆ ਵੀ ਤੂੰ ਨੌਜਵਾਨ ਹੈ, ਜੋਸ਼ ਹੈ ਤੇਰੇ 'ਚ, ਪਰ ਇਹਨਾਂ ਦੇ ਨੁਕਸਾਨ ਆਪਣਾ ਹੋਣਾ ਇੱਦਾਂ ਨਹੀਂ ਹੋਣਾ ਹੈਗਾ। ਅਤੇ ਸੁੱਖਾ ਸਿੰਘ ਨੇ ਉਸ ਵੇਲੇ ਬੜੀ ਬਹਾਦਰੀ ਨਾਲ ਕੌਮ ਦੀ ਅਗਵਾਈ ਵੀ ਕੀਤੀ। ਫਿਰ ਚੱਲਦੇ ਚੱਲਦੇ ਮਈ ਦਾ ਮਹੀਨਾ ਆ ਗਿਆ, ਤਾਂ ਮਈ ਮਹੀਨੇ ਦੇ ਵਿੱਚ ਜਿਹੜੀ ਜਿਹੜੀ ਖਾਸ ਲੜਾਈ ਹੋਈ ਉਹ 1 ਮਈ 1746 ਨੂੰ ਸਾਰਾ ਦਿਨ ਕਾਫੀ ਨੁਕਸਾਨ ਹੋਇਆ, ਕਿਤੇ ਬਰੇਤੀ ਜਿਹੜੀ ਸੀ ਉਹ ਗਰਮ। ਤਾਂ ਇਤਿਹਾਸ ਤਾਂ ਇਹ ਕਹਿੰਦਾ ਵੀ ਸਿੰਘਾਂ ਨੇ ਆਪਣੀਆਂ ਢਾਲਾਂ ਨੂੰ ਰੇਤੇ ਵਿੱਚ ਇੰਨੇ ਤਪਿਓ ਸੀ ਕਿ ਰੇਤੇ ਵਿੱਚ ਦੱਬ ਕੇ ਉਹਨਾਂ ਢਾਲਾਂ ਉੱਤੇ ਰੋਟੀਆਂ ਪਕਾ ਕੇ ਖਾਧੀਆਂ, ਅੰਦਾਜ਼ਾ ਲਾਓ ਇਹ ਹਾਲਤ ਸੀ ਕਿ ਇੰਨੇ ਚਿਰ ਦੇ ਨਿਕਲੋ ਸੀ, ਕੱਪੜੇ ਵੀ ਫਟੇ ਹੋਏ ਅਤੇ ਪੈਰ ਵੀ ਨੰਗੇ, ਅਤੇ ਪੈਰਾਂ 'ਚ ਆਪਣੀਆਂ ਲੀਰਾਂ ਪਾੜ ਪਾੜ ਕੇ ਪੈਰਾਂ 'ਤੇ ਬੰਨ੍ਹ ਕੇ ਇਹ ਸਿੰਘ ਜਿਹੜੇ ਉਹ ਬਾਹਰ ਨਿਕਲੇ। ਅਤੇ ਪਰ ਇੱਕ ਗੱਲ ਦੀ ਕਹਾਣੀ ਇਹ ਸੀ ਵੀ ਇਹਨਾਂ ਵਿੱਚ ਪ੍ਰੇਮ ਪਿਆਰ ਸਿੰਘਾਂ ਵਿੱਚ ਏਕਤਾ ਇੰਨੀ ਸੀ, ਔਰ ਦੂਜੀ ਗੱਲ ਇਹ ਕਿ ਮੌਤ ਨੂੰ ਬਿਲਕੁਲ ਪ੍ਰੋਫੈਸਰ ਪੂਰਨ ਸਿੰਘ ਦੇ ਕਹਿਣ ਵਾਂਗੂ ਵੀ ਮੌਤ 'ਤੇ ਮਖੌਲਾਂ ਕਰਦੇ ਆ। ਕਾਰਨ ਇਹ ਰਿਹਾ ਕਿ ਇੰਨੀ ਵੱਡੀ ਫੌਜ ਹੋਣ ਦੇ ਬਾਵਜੂਦ ਵੀ, ਇਹਨਾਂ ਨੁਕਸਾਨ ਦੇ ਹੋਣ ਦੇ ਬਾਵਜੂਦ ਵੀ, ਜਾਣੀ ਖਾਲਸਾ ਕਦੇ ਦੱਬਿਆ ਨਹੀਂ। ਜਿਉਂ ਜਿਉਂ ਇਹ ਸਮਾਂ ਆਉਂਦਾ ਗਿਆ ਤਿਉਂ ਤਿਉਂ ਬਹਾਦਰੀ ਦੇ ਨਾਲ ਹੋਰ ਵੱਧ ਕੇ ਇਹ ਮੁਕਾਬਲਾ ਕਰਦੇ ਰਹੇ। ਇਹ ਲੜਾਈ ਦੀ ਜਿਹੜੀ ਸਮਾਪਤੀ ਆ ਉਹ ਇਤਿਹਾਸਕਾਰ 1 ਮਈ ਕਹਿੰਦੇ
ਕੀਤੇ ਨੇ 1746 ਨੂੰ, ਜਿਹਦੇ ਵਿੱਚ 3000 ਜਿਹੜੇ ਸਨ ਕੈਦੀ ਬਣਾ ਲਏ ਗਏ, ਜਿਹਨਾਂ ਨੂੰ ਲਾਹੌਰ ਲਿਆ ਕੇ ਇਹਨਾਂ ਨੂੰ ਵੀ ਖਤਮ ਕਰ ਦਿੱਤਾ ਗਿਆ ਅਤੇ ਇਹਨਾਂ ਦੇ ਸਿਰਾਂ ਦੇ ਮਨਾਰ ਬਣਾਏ ਗਏ, ਔਰ ਜਿਹੜੇ 7000 ਦੇ ਕਰੀਬ ਇਹ ਸ਼ਹੀਦ ਹੋ ਗਿਆ। ਇਹ ਛੋਟਾ ਘੱਲੂਘਾਰਾ ਜਿਹਨੂੰ ਕਿਹਾ ਜਾਂਦਾ, ਇਹਦਾ ਕਾਰਨ ਸੀ ਜਸਪਤ ਦੀ ਮੌਤ। ਜਸਪਤ ਦੀ ਮੌਤ ਦਾ ਕਾਰਨ ਸੀ ਵੀ ਇੱਕ ਦਿਨ ਵੀ ਗੁਰੂ ਘਰ ਦੇ ਵਿੱਚ ਵੀ ਲੰਗਰ ਤਿਆਰ ਨਹੀਂ ਕਰ ਦਿੱਤਾ ਹੰਕਾਰ ਦੇ ਵਿੱਚ, ਅਤੇ ਲਖਪਤ ਰਾਏ ਵੀ ਜਿਹੜਾ ਸੀਗਾ ਉਹਦੀ ਮੌਤ 'ਤੇ ਵੀ ਜਿਹੜੀ ਹੁਣ ਜਿਹੜਾ ਚੜ੍ਹ ਕੇ ਆਇਆ ਸੀ ਨਾ, ਹੁਣ ਉਹਦਾ ਪਾਪੀ ਕੇ ਮਾਰਨੇ ਕੋ ਪਾਪ ਮਹਾਂਬਲੀ, ਹਾਂਜੀ। ਅਤੇ ਲਖਪਤ ਰਾਏ ਦੀ ਜਿਹੜੀ ਚੌਧਰ ਸੀ ਉਹ ਵੀ ਯਹੀਆ ਖਾਂ ਦੇ ਨਾਲ ਹੀ ਚਲੇ ਗਏ ਜਦੋਂ ਮੀਰ ਮਨੂ ਫਿਰ ਬਣਦਾ ਹੈਗਾ। ਉਸ ਵੇਲੇ ਉਹ ਦੀਵਾਨ ਕੌੜਾਮਲ ਨੂੰ ਇਹਦਾ ਆਪਣਾ ਦੀਵਾਨ ਬਣਾ ਲੈਂਦਾ, ਤਾਂ ਇਹਦੇ ਉੱਤੇ 30 ਲੱਖ ਰੁਪਈਆ ਨੂੰ ਲਖਪਤ ਰਾਏ ਨੂੰ ਜੁਰਮਾਨਾ ਕਰਕੇ ਉਹਨੂੰ ਕੈਦ 'ਚ ਸੁੱਟ ਦਿੱਤਾ ਜਾਂਦਾ। 18 ਲੱਖ ਤਾਂ ਇਹਦਾ ਜਿੰਨਾ ਸੀਗਾ ਇੰਤਾਰ ਦਿੱਤਾ ਜੀ, 2 ਲੱਖ ਦੇ ਵਿੱਚ ਇਸਨੇ ਆਪਣਾ ਘਰ ਗਹਿਣਾ ਗੱਟਾ ਵੇਚ ਕੇ ਪੂਰਾ ਕੀਤਾ, 10 ਲੱਖ ਦੇ ਲਈ ਇਹਨੂੰ ਉਮਰ ਕੈਦ ਹੋਈ। ਰਾਈਟ ਨਹੀਂ, ਪਰ ਇਹ ਜੁਰਮਾਨਾ ਕਿਉਂ ਲੱਗਿਆ ਸੀ ਇਹਨੂੰ ਲਖਪਤ ਰਾਏ ਨੂੰ? ਜਦੋਂ ਉਹਨੂੰ ਆਪਣਾ ਮੀਰ ਮਨੂ ਬਣਿਆ ਨਾ, ਹੁਣ ਉਹ ਯਹੀਆ ਖਾਂ ਦਾ ਇਹ ਖਾਸ ਬੰਦਾ ਸੀਗਾ, ਕੁਦਰਤੀ ਗੱਲ ਹੈ ਵੀ ਜਦੋਂ ਵਜ਼ਾਰਤਾਂ ਚੇਂਜ ਹੁੰਦੀਆਂ ਨੇ ਅਤੇ ਗੱਲਾਂ ਬਾਤਾਂ ਦੇ ਵਿੱਚ ਉਹ ਪਤਾ ਦੇ ਨਾਲੇ ਉਹ ਚਾਹੁੰਦਾ ਸੀਗਾ ਵੀ ਉਸ ਵੇਲੇ ਮੀਰ ਮਨੂ ਦੀ ਵੀ ਇਹ ਦਸ਼ਾ ਸੀ ਕਿ ਮੈਂ ਕਿਸ ਤਰ੍ਹਾਂ ਸਿੱਖਾਂ ਨੂੰ ਆਪਣੇ ਨਾਲ ਜੋੜਾਂ, ਤਾਂ ਜਿੱਦਾਂ ਵੀ ਹੁੰਦਾ ਹੈਗਾ ਅਤੇ ਮੈਂ ਲੋਕਾਂ ਦਾ ਧਿਆਨ ਹਟਾ ਕੇ ਜੀ ਮੈਂ ਵੀ ਨਵਾਂ ਹੈਗਾ, ਔਰ ਹੋਇਆ ਵੀ ਇੱਦਾਂ ਕਿ ਆਪਣੀ ਸਿਆਣਪ ਦੇ ਨਾਲ ਬਚਣ ਦਾ ਯਤਨ। ਸੋ ਜਿਹੜੀ ਵੀਰਤਾ ਦਾ ਸਬੂਤ ਜੋ ਨਜ਼ਰ ਆਉਂਦਾ ਹੈਗਾ ਇਸ ਛੋਟੀ ਘੱਲੂਘਾਰੇ ਦੇ ਵਿੱਚ, ਜਿਸ ਤਰ੍ਹਾਂ ਤੁਸੀਂ ਕਿਹਾ ਕਿ ਹਰ ਪਾਸਿਓਂ ਇੱਕ ਲੀਡਰਸ਼ਿਪ ਕ੍ਰਾਈਸਿਸ ਸੀ, ਕਿਉਂਕਿ ਬਾਬਾ ਬੰਦਾ ਸਿੰਘ ਬਹਾਦਰ ਤੋਂ ਬਾਅਦ ਕੋਈ ਵੀ ਕੌਮੀ ਲੀਡਰ ਅੱਗੇ ਨਹੀਂ ਆਇਆ ਸੀ, ਲੇਕਿਨ ਜਿਹੜੇ ਵੀ ਲੀਡਰਸ ਆਪਣੇ ਆਪਣੇ ਥਾਵਾਂ 'ਤੇ ਸੀ ਉਹ ਸਭ ਨੇ ਇਕੱਤਰ ਹੋ ਕੇ ਇਸ ਦੇ ਖਿਲਾਫ ਜਿਹੜੀ ਇਹ ਜਿਹਾਦ ਛਿੜਿਆ, ਅਤੇ ਜਿੰਨੀ ਵੀ ਬਹਾਦਰ ਸੀ ਸਭ ਇਕੱਠੇ ਹੋ ਕੇ ਉਹਨਾਂ ਨੇ ਇਹ ਜੰਗ ਲੜੀ। ਇਸ ਤੋਂ ਬਾਅਦ ਕੀ ਹੁੰਦਾ ਜੀ, ਇਹ ਸਮਾਂ ਜਿਹੜਾ ਹੈਗਾ 1746 ਤੋਂ ਬਾਅਦ ਦਾ, ਉਸ ਤੋਂ ਬਾਅਦ ਇੱਕ ਵੱਡਾ ਘੱਲੂਘਾਰਾ ਵੀ ਹੁੰਦਾ ਹੈ, ਅਤੇ ਉਸ ਤੋਂ ਬਾਅਦ ਦਾ ਜਿਹੜਾ ਸਫ਼ਰ ਹੈ ਉਸਨੂੰ ਵੀ ਅਸੀਂ ਆਪਣੇ ਆਉਣ ਵਾਲੇ ਪ੍ਰੋਗਰਾਮ ਵਿੱਚ ਕਵਰ ਕਰਾਂਗੇ। ਤੁਹਾਡਾ ਧੰਨਵਾਦ। ਅਖੀਰਲੀ ਗੱਲ ਜਿਹੜੀ ਮੈਂ ਹਮੇਸ਼ਾ ਕਰਨਾ ਹੁੰਦਾ ਕਿ ਇਹਨਾਂ ਦੀ ਸੂਰਬੀਰਤਾ ਤੋਂ ਅੱਜ ਸਾਨੂੰ ਕੀ ਸਿੱਖਣ ਦੀ ਲੋੜ ਹੈ ਅਤੇ ਕਿਉਂ ਇਸ ਇਤਿਹਾਸ ਨੂੰ ਦੁਹਰਾਉਣ ਦੀ ਲੋੜ ਹੈ? ਦੇਖੋ ਸਰਦਾਰ ਹਰਪ੍ਰੀਤ ਸਿੰਘ ਜੀ, ਮੇਨ ਗੱਲ ਇਹ ਹੈ ਕਿ ਇਤਿਹਾਸ ਅਸੀਂ ਪੜ੍ਹਦੇ ਹੀ ਇਸ ਵਾਸਤੇ ਹਾਂ ਕਿ ਅਸੀਂ ਉਹ ਤੋਂ ਕੁਛ ਸਿੱਖ ਸਕੀਏ ਜੀ, ਅਤੇ ਉਹ ਸਿੱਖਣ ਵਾਲੀ ਚੀਜ਼ ਦੇ ਵਿੱਚ ਇਹ ਆ ਵੀ ਉਹ ਸਮੇਂ ਏਡੀ ਬਿਪਤਾ ਵਿੱਚ ਇਹਨਾਂ ਦਾ ਸਭ ਤੋਂ ਵੱਡੀ ਜਿਹੜੀ ਸਫਲਤਾ ਦਾ ਕਾਰਨ ਸੀ ਇਹਦਾ ਭਰਾਤਰੀ ਭਾਵ, ਰਾਈਟ, ਅਤੇ ਉਹ ਜਿਹੜਾ ਸੀਗਾ ਜਿੱਦਾਂ ਅੱਜ ਦਾ ਸਿੱਖ ਸੈਲਫਿਸ਼ ਹੋ ਚੁੱਕਾ ਹੈ, ਨਿੱਜ ਦੀ ਸੋਚ ਆ, ਉਦੋਂ ਸੋਚ ਜਿਹੜੀ ਕੌਮੀ ਸੋਚ ਹੁੰਦੀ ਸੀ ਆਪਣੇ ਤੋਂ ਬਹੁਤ ਉੱਚਾ ਉੱਠ ਕੇ, ਬਿਲਕੁਲ, ਅਤੇ ਇਹ ਉਹ ਉਚਾਰਨ ਵੀ ਸਾਡਾ ਇਸ ਵਾਸਤੇ, ਇਸ ਵਾਸਤੇ ਕਾਜੀ ਨੂਰ ਮੁਹੰਮਦ ਸਿੰਘਾਂ ਨੂੰ ਸੱਗ ਲਿਖਦਾ, ਰਾਈਟ, ਪਰ ਉਹ ਕਹਿੰਦਾ ਵੀ ਇਹਨਾਂ ਦੇ ਵਰਗਾ ਆਚਰਨ ਕਿਸੇ ਦਾ, ਆਚਰਨ ਕਿਸੇ ਦਾ ਨਹੀਂ ਹੈਗਾ। ਸੋ ਉਹੀ ਚੀਜ਼ ਗ੍ਰਹਿਣ ਕਰਨ ਦੀ ਲੋੜ ਹੈ ਕਿ ਉਹਨਾਂ ਨੇ ਇੰਨੀ ਬਿਪਤਾ ਦੇ ਸਮੇਂ ਵੀ ਆਪਣਾ ਸਿੱਖੀ ਸਿਦਕ ਜਿਹੜਾ ਉਹ ਨਹੀਂ ਗਵਾਇਆ, ਲੇਕਿਨ ਅੱਜ ਅਸੀਂ ਉਸ ਤੋਂ ਦੂਰ ਹੁੰਦੇ ਜਾ ਰਹੇ ਹਾਂ। ਤੁਹਾਡਾ ਧੰਨਵਾਦ ਇੱਥੇ ਆ ਕੇ ਸਾਡੇ ਨਾਲ ਸਾਂਝ ਪਾਉਣ ਲਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਇਸ ਦੇ ਨਾਲ ਹੀ ਕਰਦੇ ਹਾਂ ਜੀ ਅੱਜ ਦੇ ਇਸ ਪ੍ਰੋਗਰਾਮ ਦੀ ਇੱਥੇ ਹੀ ਸਮਾਪਤੀ। ਤੁਹਾਡੇ ਸਾਰਿਆਂ ਵੱਲੋਂ ਬਹੁਤ ਸਾਰੀ ਫੀਡਬੈਕ ਆ ਰਹੀ ਹੈ, ਉਸ ਲਈ ਹਾਂ ਤੁਹਾਡੇ ਧੰਨਵਾਦੀ ਕਿ ਤੁਹਾਨੂੰ ਇਹ ਪ੍ਰੋਗਰਾਮ ਪਸੰਦ ਆ ਰਿਹਾ। ਸਾਡਾ ਵੀ ਇਹੀ ਮਕਸਦ ਹੈ ਕਿ ਸਿੱਖ ਇਤਿਹਾਸ ਨੂੰ ਫਰੋਲੀਏ, ਕਿਉਂਕਿ ਬਹੁਤ ਸਾਰੇ ਐਸੀਆਂ ਚੀਜ਼ਾਂ ਨੇ ਜਿਨ੍ਹਾਂ ਦੇ ਬਾਰੇ ਅਸੀਂ ਸੁਣਿਆ ਹੈ ਪਰ ਸਾਨੂੰ ਡਿਟੇਲਸ ਵਿੱਚ ਨਹੀਂ ਪਤਾ ਹੈ। ਸੋ ਆਓ ਸਾਰੇ ਰਲ ਮਿਲ ਕੇ ਜਿਹੜੇ ਸਾਡੇ ਸਿੱਖ ਬਹਾਦਰ ਹੋਏ ਨੇ ਪਹਿਲਾਂ, ਉਹਨਾਂ ਦੇ ਜੀਵਨ ਵਿੱਚੋਂ ਕੁਝ ਸਿੱਖ ਸਕੀਏ ਅਤੇ ਅੱਜ ਜਿਹੜੀਆਂ ਕਮੀਆਂ ਸਾਡੇ 'ਚ ਆ ਰਹੀਆਂ ਨੇ ਉਹਨਾਂ ਨੂੰ ਅਸੀਂ ਖਤਮ ਕਰ ਸਕੀਏ। 604-603-7555 ਦੇ ਉੱਤੇ ਤੁਸੀਂ ਫੋਨ ਕਰ ਸਕਦੇ ਹੋ ਜਾਂ ਫਿਰ ਈਮੇਲ ਜ਼ਰੀਏ ਵੀ ਸੰਪਰਕ ਕਰ ਸਕਦੇ ਹੋ। ਹਰਪ੍ਰੀਤ ਸਿੰਘ ਸ਼ੋਅ @gmail.com ਲੈਣਾ ਆ ਗਿਆ, ਫਿਰ ਮੁਲਾਕਾਤ ਕਰਾਂਗੇ, ਤਦ ਤੱਕ ਗੁੱਡ ਬਾਏ।